ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ, ਸਿੱਖਾਂ ਦੇ 7ਵੇਂ ਗੁਰੂ, ਉਹਨਾਂ ਦੇ ਮੁੱਢਲੀ ਜੀਵਨ ਕੀ ਇਹੋ ਜਿਹੇ ਕੰਮ ਕੀਤੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿਸ ਕਰਕੇ ਯੁੱਧ ਦੇ ਆਸਾਰ ਘੱਟ ਹੀ ਰਹੇ, ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀ ਇਹੋ ਜਿਹੇ ਉਹਨਾਂ ਨੂੰ ਗੁਣ ਦੱਸੇ ਜਿਸ ਕਰਕੇ ਉਹਨਾਂ ਦੇ ਵਿੱਚ ਇੰਨੀ ਨਿਮਰਤਾ ਭਰ ਗਈ। ਆਓ ਇਹ ਸਭ ਕੁਝ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ। ਵੀਡੀਓ ਦੇ ਲਾਸਟ ਤੱਕ ਜ਼ਰੂਰ ਬਣੇ ਰਹੋ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 16 ਜਨਵਰੀ 1630 ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਜੀ ਦਾ ਨਾਮ ਨਿਹਾਲ ਕੌਰ ਸੀ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਾਦਾ ਜੀ ਲੱਗਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਪੁੱਤਰ ਸਨ, ਜਿਨ੍ਹਾਂ ਦੇ ਨਾਮ ਸੀ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਅਟਲ ਰਾਏ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਸੂਰਜਮਲ, ਅਤੇ ਇੱਕ ਬੇਟੀ ਸੀ ਜਿਸ ਦਾ ਨਾਮ ਬੀਬੀ ਵੀਰੋ ਜੀ ਸੀ। ਇਹਨਾਂ ਸਾਰਿਆਂ ਪੁੱਤਰਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਦੀ ਬਹੁਤ ਕਮਾਈ ਸੀ। ਇਹਨਾਂ ਦੀ ਲਗਨ ਉਸ ਪਰਮਾਤਮਾ ਨਾਲ ਲੱਗੀ ਰਹਿੰਦੀ ਸੀ। ਇਸ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਸਾਰੀ ਪ੍ਰਚਾਰ ਦੀ ਕਮਾਈ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਦਿੱਤੀ ਸੀ, ਜਿਸ ਤੋਂ ਬਾਅਦ ਗੁਰਦਿੱਤਾ ਜੀ ਨੂੰ ਬਾਬਾ ਗੁਰਦਿੱਤਾ ਜੀ ਕਹਿਣ ਲੱਗ ਪਏ। ਛੋਟੀ ਉਮਰ ਵਿੱਚ ਹੀ ਬਾਬਾ ਗੁਰਦਿੱਤਾ ਜੀ ਦਾ ਵਿਆਹ ਕਰ ਦਿੱਤਾ ਗਿਆ। ਉਹਨਾਂ ਦੇ ਘਰ 2 ਪੁੱਤਰਾਂ ਨੇ ਜਨਮ ਲਿਆ, ਇੱਕ ਦਾ ਨਾਮ ਧੀਰਮਲ ਅਤੇ ਦੂਸਰੇ ਜੀ ਦਾ ਨਾਮ ਗੁਰੂ ਹਰਿਰਾਏ ਸਾਹਿਬ ਜੀ ਸੀ। ਧੀਰਮਲ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਤੋਂ ਉਮਰ ਵਿੱਚੋਂ 4 ਸਾਲ ਵੱਡੇ ਸੀ। ਜਦੋਂ ਧੀਰਮਲ ਦਾ ਜਨਮ ਹੋਇਆ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੇ ਮਸਤਕ ਵੱਲ ਦੇਖਿਆ ਅਤੇ ਮੁਸਕਰਾਉਣ ਲੱਗ ਪਏ। ਲਾਗੇ ਖੜ੍ਹੀ ਸੰਗਤ ਨੇ ਪੁੱਛਿਆ, ਗੁਰੂ ਜੀ ਮੁਸਕਰਾ ਕਾਤੋਂ ਰਹੇ ਹੋ? ਗੁਰੂ ਜੀ ਨੇ ਆਖਿਆ, ਪ੍ਰਿਥੀ ਚੰਦ ਫਿਰ ਆ ਗਿਆ ਹੈ। ਪ੍ਰਿਥੀ ਚੰਦ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਇਆ ਜੀ ਲੱਗਦੇ ਸੀ। ਸੰਗਤ ਨੇ ਕਿਹਾ, ਗੁਰੂ ਜੀ ਇਸ ਦਾ ਨਾਮ ਕੀ ਰੱਖੀਏ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਇਸ ਦਾ ਨਾਮ ਧੀਰਜ ਰੱਖੋ, ਤਾਂ ਕਿ ਇਹ ਧੀਰਜ ਵਿੱਚ ਹੀ ਰਹੇ, ਇਸ ਨੂੰ ਗੁੱਸਾ ਨਾ ਆਵੇ। 4 ਕੁ ਸਾਲ ਬਾਅਦ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ ਹੁੰਦਾ ਹੈ। ਜਦੋਂ ਇਹਨਾਂ ਨੂੰ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੁੱਕਦੇ ਹਨ ਅਤੇ ਮੱਥਾ ਚੁੰਮਦੇ ਹਨ, ਤਾਂ ਸੰਗਤ ਨੇ ਕਿਹਾ, ਗੁਰੂ ਜੀ ਇਹਨਾਂ ਦਾ ਕੀ ਨਾਮ ਰੱਖੀਏ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਇਹਨਾਂ ਦਾ ਨਾਮ ਹਰੀ ਰੱਖਿਆ ਜਾਵੇ, ਕਿਉਂਕਿ ਹਰੀ ਆਪ ਆ ਗਏ ਹਨ। ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਤੋਂ ਬਹੁਤ ਸਿੱਖਿਆਵਾਂ ਅਤੇ ਉਪਦੇਸ਼ ਮਿਲਦੇ ਹਨ, ਕਿਉਂਕਿ ਉਹਨਾਂ ਨੇ ਬਹੁਤ ਕੁਝ ਸਿੱਖਿਆ ਅਤੇ ਤੱਕਿਆ ਸੀ। ਗੁਰੂ ਹਰਿਰਾਏ ਸਾਹਿਬ ਜੀ ਨੇ ਜ਼ਿਆਦਾ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਗੁਰਦਿੱਤਾ ਜੀ ਨਾਲ ਹੀ ਬਿਤਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਹੀ ਧਾਰਮਿਕ ਵਿੱਦਿਆ, ਸ਼ਸਤਰ ਵਿੱਦਿਆ, ਗੁਰਬਾਣੀ ਵਿੱਦਿਆ, ਗੁਰਬਾਣੀ ਪ੍ਰਚਾਰ ਦੀ ਡਿਊਟੀ ਨਿਭਾਈ। ਗੁਰੂ ਹਰਿਰਾਏ ਸਾਹਿਬ ਜੀ ਦੇ ਵੱਡੇ ਭਰਾ ਧੀਰਮਲ ਉਸ ਵਕਤ ਕਰਤਾਰਪੁਰ ਸਾਹਿਬ ਵਿੱਚ ਸੀ। ਕਰਤਾਰਪੁਰ ਸਾਹਿਬ ਵਿੱਚ ਜਿੰਨੀ ਵੀ ਜਾਗੀਰ ਆਉਂਦੀ ਸੀ ਉਹ ਸਭ ਕੁਝ ਉਸ ਕੋਲ ਸੀ, ਅਤੇ ਭਾਈ ਗੁਰਦਾਸ ਜੀ ਕੋਲੋਂ ਲਿਖਾਇਆ ਗ੍ਰੰਥ ਸਾਹਿਬ ਵੀ ਉਸ ਜਗ੍ਹਾ 'ਤੇ ਸੁਸ਼ੋਭਿਤ ਸੀ, ਜਿਸ ਕਾਰਨ ਸੰਗਤਾਂ ਚੜ੍ਹਾਵਾ ਉੱਥੇ ਹੀ ਚੜ੍ਹਾਉਂਦੀਆਂ ਸਨ, ਜਿਸ ਕਾਰਨ ਧੀਰਮਲ ਛੋਟੀ ਉਮਰ 'ਚ ਹੀ ਮਾਇਆ ਵਿੱਚ ਰੁੱਝ ਗਿਆ ਸੀ। ਜਦੋਂ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਸੀ ਤਾਂ ਉਸ ਨੂੰ ਬਹੁਤ ਸੁਨੇਹ ਭੇਜੇ ਗਏ ਕਿ ਆਪ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਹਨ, ਪਰ ਧੀਰਮਲ ਨੇ ਸੰਸਕਾਰ 'ਤੇ ਵੀ ਆਉਣਾ ਲਾਜ਼ਮੀ ਨਹੀਂ ਸਮਝਿਆ। ਸਾਰੇ ਸੰਗਤ ਇਹ ਸਮਝ ਚੁੱਕੀ ਸੀ ਕਿ ਧੀਰਮਲ ਹੁਣ ਇਸ ਵਕਤ ਮਾਇਆ ਦੇ ਵਿੱਚ ਬਹੁਤ ਰੁੱਝ ਗਿਆ ਅਤੇ ਉਸ ਦਾ ਗੁਰੂ ਘਰ ਤੋਂ ਵੀ ਮੋਹ ਮੁੜ ਚੁੱਕਿਆ ਹੈ। ਇੱਕ ਘਟਨਾ ਨੇ ਗੁਰੂ ਹਰਿਰਾਏ ਸਾਹਿਬ ਜੀ 'ਤੇ ਬਹੁਤ ਡੂੰਘਾ ਅਸਰ ਪਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਾਨ ਕੀਰਤਪੁਰ ਸਾਹਿਬ ਵਿੱਚ ਲੱਗਿਆ ਹੋਇਆ ਸੀ। ਉੱਥੇ ਆਲੇ ਦੁਆਲੇ ਫੁੱਲ ਬਹੁਤ ਲੱਗੇ ਹੋਏ ਸਨ। ਜਦੋਂ ਵੀ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਦੇਖਦੇ ਤਾਂ ਉਹ ਉਹਨਾਂ ਵੱਲ ਭੱਜੇ ਜਾਂਦੇ। ਗੁਰੂ ਹਰਿਰਾਏ ਸਾਹਿਬ ਜੀ ਵੀ ਚੋਲਾ ਪਾਉਂਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਹਨ ਤਾਂ ਉਹ ਭੱਜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਗਏ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਰਸਤੇ ਵਿੱਚ ਜਾ ਰਹੇ ਸੀ ਤਾਂ ਉਹਨਾਂ ਦੇ ਚੋਲੇ ਨਾਲ ਇੱਕ ਫੁੱਲ ਅੜ ਕੇ ਟੁੱਟ ਗਿਆ ਸੀ। ਜਦੋਂ ਵਾਪਸ ਆਉਂਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੇਖਿਆ ਕਿ ਫੁੱਲ ਟੁੱਟਾ ਪਿਆ ਹੈ ਅਤੇ ਉਹਨਾਂ ਨੇ ਪੁੱਛਿਆ ਕਿ ਇਹ ਕਿੰਨੇ ਤੋੜਿਆ ਹੈ। ਗੁਰੂ ਹਰਿਰਾਏ ਸਾਹਿਬ ਜੀ ਦੇ ਪਿੱਛੇ ਪਿੱਛੇ ਇੱਕ ਸੇਵਕ ਤੁਰਿਆ ਜਾ ਰਿਹਾ ਸੀ। ਉਸਨੇ ਦੇਖ ਲਿਆ ਸੀ ਕਿ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ ਹੈ। ਉਸਨੇ ਦੱਸਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿ ਇਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟਿਆ ਹੈ।
ਫਿਰ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਿਹਾ, ਜਦੋਂ ਕੋਮਲ ਚੀਜ਼ਾਂ ਲਾਗੋ ਨੰਗੀਏ ਤਾਂ ਧਿਆਨ ਨਾਲ ਤੁਰਨਾ ਚਾਹੀਦਾ ਹੈ ਅਤੇ ਜਦੋਂ ਚੋਲਾ ਵੱਡਾ ਪਾ ਲਈਏ ਤਾਂ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇਸ ਗੱਲ ਨੇ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਹ ਜਦੋਂ ਵੀ ਕਿਤੇ ਆਉਂਦੇ ਜਾਂਦੇ ਤਾਂ ਆਪਣੇ ਚੋਲੇ ਨੂੰ ਇੱਕ ਹੱਥ ਨਾਲ ਉੱਪਰ ਨੂੰ ਚੁੱਕ ਲੈਂਦੇ ਸੀ ਤਾਂ ਕਿ ਫਿਰ ਕੋਈ ਵੀ ਫੁੱਲ ਅੜ ਕੇ ਟੁੱਟ ਨਾ ਜਾਵੇ। ਇੰਨਾ ਉਹ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਤਿਕਾਰ ਕਰਦੇ ਸੀ। ਉਸ ਤੋਂ ਥੋੜ੍ਹੇ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਕਰ ਦਿੱਤਾ ਗਿਆ। ਉਸ ਵਕਤ ਗੁਰੂ ਜੀ ਦੀ ਉਮਰ 10 ਕੁ ਸਾਲ ਦੀ ਸੀ। ਥੋੜ੍ਹੇ ਕੁ ਸਮੇਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਕਿ ਹੁਣ ਸਾਡਾ ਅਕਾਲ ਚਲਾਣਾ ਦਾ ਟਾਈਮ ਆ ਗਿਆ ਹੈ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਗੱਦੀ ਬਖਸ਼ੀ। ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਭਾਈ ਭਾਨਾ ਜੀ ਨੇ ਉਹਨਾਂ 'ਤੇ ਤਿਲਕ ਲਗਾਇਆ ਅਤੇ ਵਿਆਹ ਸਮੇਂ ਲਾਵਾਂ ਵੀ ਭਾਈ ਭਾਨਾ ਜੀ ਨੇ ਪੜ੍ਹੀਆਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੱਦੀ 'ਤੇ ਬਿਠਾ ਦਿੱਤਾ ਗਿਆ ਤਾਂ ਇਹਨਾਂ ਦੇ ਵੱਡੇ ਭਰਾ ਧੀਰਜ ਮੱਲ ਬਹੁਤ ਈਰਖਾ ਕਰਨ ਲੱਗ ਪਏ। ਉਸ ਤੋਂ ਬਾਅਦ ਧੀਰ ਮੱਲ ਸ਼ਾਹਜਹਾਨ ਕੋਲ ਗਿਆ ਅਤੇ ਸ਼ਾਹਜਹਾਨ ਦੇ ਕੋਲ ਜਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੁੱਧ ਭਰਨ ਲੱਗਾ। ਸ਼ਾਹਜਹਾਨ ਵੀ ਗੁਰੂ ਘਰ ਦਾ ਬਹੁਤ ਵੱਡਾ ਪ੍ਰੇਮੀ ਸੀ। ਉਸ ਨੇ ਧੀਰ ਮੱਲ ਨੂੰ ਆਖਿਆ ਕਿ ਇਹ ਤੁਹਾਡਾ ਆਪਸੀ ਮਤਭੇਦ ਹੈ, ਮੈਂ ਇਸ ਗੱਲ ਵਿੱਚ ਨਹੀਂ ਆਉਣਾ ਚਾਹੁੰਦਾ। ਫਿਰ ਸ਼ਾਹਜਹਾਨ ਨੇ ਧੀਰ ਮੱਲ ਨੂੰ ਆਪਣੇ ਦਰਬਾਰ ਵਿੱਚ ਦਰਬਾਰੀ ਰੱਖ ਲਿਆ। ਸ਼ਾਹਜਹਾਨ ਨੇ ਕੀਰਤਪੁਰ ਵਾਲੀ ਜਗੀਰ ਦਾ ਪਟਾ ਧੀਰ ਮੱਲ ਦੇ ਨਾਮ 'ਤੇ ਲਿਖ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗ ਹੀ ਘੋੜੇ ਰੱਖਦੇ ਸੀ। ਗੁਰੂ ਜੀ ਕੋਲ ਉਸ ਵਕਤ 2200 ਘੋੜਾ ਸੀ। ਗੁਰੂ ਜੀ ਵੀ ਸ਼ਿਕਾਰ ਲਈ ਜਾਂਦੇ ਪਰ ਉਹਨਾਂ ਦਾ ਦਿਲ ਬਹੁਤ ਕੋਮਲ ਸੀ। ਉਹਨਾਂ ਨੇ ਕਿਸੇ ਵੀ ਪੰਛੀ ਦਾ ਸ਼ਿਕਾਰ ਨਹੀਂ ਖੇਡਿਆ, ਬਸ ਉਸ ਨੂੰ ਫੜ ਕੇ ਪਿਆਰ ਕਰਦੇ ਸੀ ਅਤੇ ਫਿਰ ਛੱਡ ਦਿੰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਗਤ ਪ੍ਰਥਾ ਫਿਰ ਸ਼ੁਰੂ ਕਰਾ ਦਿੱਤੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਜੰਗਾਂ ਨਹੀਂ ਲੜੀਆਂ ਗਈਆਂ ਕਿਉਂਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਂਗ ਹੀ ਹਰੇਕ ਕੰਮ ਨੂੰ ਅਗਾਂਹ ਨੂੰ ਵਧਾਇਆ। ਕੀਰਤਪੁਰ ਸਾਹਿਬ ਵਿੱਚ ਦਵਾਖਾਨਾ ਬਣਾਇਆ। ਵੈਸੇ ਤਾਂ ਗੁਰੂ ਜੀ ਕਿਸੇ ਰੋਗੀ ਵੱਲ ਦੇਖ ਲੈਣ ਤਾਂ ਉਸ ਦਾ ਰੋਗ ਠੀਕ ਕਰਦੇ ਸਨ, ਪਰ ਸਾਡੇ ਗੁਰੂਆਂ ਨੇ ਇਹ ਚਮਤਕਾਰ ਵਿਖਾਉਣ ਲਈ ਮਨ੍ਹਾ ਕੀਤਾ ਸੀ, ਜਿਸ ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿੱਚ ਦਵਾਖਾਨਾ ਖੋਲ੍ਹਿਆ। ਸ਼ਾਹਜਹਾਨ ਦਾ ਪੁੱਤਰ ਔਰੰਗਜ਼ੇਬ ਗੁਰੂ ਘਰ ਦਾ ਬਹੁਤ ਵਿਰੋਧੀ ਸੀ। ਇੱਕ ਵਾਰ ਔਰੰਗਜ਼ੇਬ ਨੇ ਆਪਣੇ ਭਰਾ ਨੂੰ ਮਾਰਨ ਲਈ ਉਸ ਨੂੰ ਵਾਲ ਖਵਾ ਦਿੱਤਾ, ਜੋ ਵਾਲ ਉਸਦੇ ਦਿਲ 'ਤੇ ਜਾ ਲੱਗਾ, ਜਿਸ ਕਾਰਨ ਉਸ ਦੀ ਬਹੁਤ ਤਬੀਅਤ ਖਰਾਬ ਹੋ ਗਈ ਸੀ। ਪਰ ਸ਼ਾਹਜਹਾਨ ਨੇ ਬਹੁਤ ਵੱਡੇ ਵੱਡੇ ਹਕੀਮ ਬੁਲਾਏ ਅਤੇ ਹਕੀਮਾਂ ਨੇ ਦੱਸਿਆ ਕਿ ਇਸ ਦੇ ਦਿਲ 'ਤੇ ਵਾਲ ਲੱਗ ਗਿਆ ਹੈ ਅਤੇ ਉਸ ਨੇ ਕਿਹਾ ਕਿ ਇਸ ਦੀ ਦਵਾਈ ਕਿੱਥੋਂ ਮਿਲੇਗੀ। ਫਿਰ ਉਸ ਨੇ ਕਿਹਾ ਕਿ ਇਸ ਦੀ ਦਵਾਈ ਕੀਰਤਪੁਰ ਸਾਹਿਬ ਵਿੱਚੋਂ ਮਿਲੇਗੀ। ਤਾਂ ਉਸ ਨੇ ਆਪਣੇ ਸੇਵਕ ਘਲਾ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਇਹ ਦਵਾ ਮੰਗਵਾਈ, ਜਿਸ ਨੂੰ ਖਾਣ ਨਾਲ ਸ਼ਾਹਜਹਾਨ ਦਾ ਪੁੱਤਰ ਠੀਕ ਹੋ ਗਿਆ ਅਤੇ ਉਸ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਧੰਨਵਾਦ ਕੀਤਾ। ਉਸ ਦੀ ਗੁਰੂ ਘਰ ਲਈ ਹੋਰ ਪ੍ਰੇਮ ਪਿਆਰ ਵੱਧ ਗਿਆ, ਜਿਸ ਕਾਰਨ ਜੰਗਾਂ ਦੇ ਅਨਸਾਰ ਵੀ ਹੋਰ ਘੱਟ ਗਏ ਸੀ। ਪਰ ਜਦੋਂ ਔਰੰਗਜ਼ੇਬ ਗੱਦੀ 'ਤੇ ਬੈਠਾ ਤਾਂ ਉਸ ਨੇ ਸਿੱਖਾਂ 'ਤੇ ਬਹੁਤ ਜ਼ੁਲਮ ਕੀਤੇ। ਉਸ ਜ਼ੁਲਮ ਦਾ ਅੰਤ ਕਰਨ ਲਈ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੀ ਮੁੱਢ ਤੋਂ ਹੀ ਜੜ ਪੁੱਟੀ ਸੀ। ਇੱਕ ਯੂਪੀ ਦਾ ਭਗਵਾਨ ਦਾਸ ਨਾਮ ਦਾ ਵਿਅਕਤੀ ਸੀ। ਉਸ ਦੇ ਕੋਲ ਬਹੁਤ ਵੱਡੇ ਵੱਡੇ ਡੇਰੇ ਸੀ। ਉਹ ਪ੍ਰਚਾਰ ਕਰਨ ਲਈ ਇਸ ਤਰਫ ਆਇਆ ਹੋਇਆ ਸੀ। ਉਸ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਕਿਹਾ ਕਿ ਮੈਨੂੰ ਆਪਣਾ ਸਿੱਖ ਬਣਾ ਲਵੋ। ਗੁਰੂ ਜੀ ਨੇ ਦੇਖਿਆ ਕਿ ਇਸ ਦੇ ਵਿੱਚ ਹਉਮੈ ਬਹੁਤ ਹੈ। ਗੁਰੂ ਜੀ ਨੇ ਕਿਹਾ, ਤੁਹਾਡੇ ਉੱਧਰ ਬਾਬਾ ਸ਼੍ਰੀ ਚੰਦ ਜੀ ਦੇ ਚੇਲੇ ਪ੍ਰਚਾਰ ਕਰ ਰਹੇ ਹਨ, ਉਹਨਾਂ ਕੋਲ ਕਿਉਂ ਨਹੀਂ ਚਲੇ ਗਏ। ਫਿਰ ਉਹ ਭਗਵਾਨ ਸ਼੍ਰੀ ਚੰਦ ਦੇ ਡੇਰੇ ਚਲਾ ਗਿਆ ਅਤੇ ਉੱਥੇ ਜਾ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਮੈਨੂੰ ਆਪਣਾ ਸਿੱਖ ਬਣਾ ਲਵੋ। ਤਾਂ ਉਹਨਾਂ ਨੇ ਕਿਹਾ, ਤੂੰ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਗਿਆ ਸੀ, ਤੈਨੂੰ ਉੱਥੋਂ ਨਹੀਂ ਸਿੱਖੀ ਮਿਲੀ ਤਾਂ ਫਿਰ ਹੋਰ ਕਿੱਥੋਂ ਮਿਲੇਗੀ। ਉਹ ਕਹਿਣ ਲੱਗਾ, ਕੀ ਮਤਲਬ ਹੈ? ਉਹਨਾਂ ਨੇ ਕਿਹਾ ਕਿ ਤੈਨੂੰ ਸਿੱਖੀ ਨਹੀਂ ਮੰਗਣੀ ਆਈ। ਫਿਰ ਦੁਬਾਰਾ ਭਗਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਉਂਦਾ ਹੈ ਅਤੇ ਉਸ ਦੇ ਚਰਨੀ ਪੈ ਜਾਂਦਾ ਹੈ ਕਿ ਮੈਨੂੰ ਆਪਣਾ ਸੱਚਾ ਸਿੱਖ ਬਣਾ ਲਵੋ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਦੀ ਹਉਮੈ ਨੂੰ ਮਾਫ਼ ਕਰ ਦਿੰਦੇ ਹਨ ਅਤੇ ਉਸ ਨੂੰ ਆਪਣਾ ਸੱਚਾ ਸਿੱਖ ਬਣਾ ਦਿੰਦੇ ਹਨ। ਭਗਵਾਨ ਕਈ ਦਿਨ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਪ੍ਰਚਾਰ ਸੁਣਦਾ ਰਿਹਾ ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਹੁਣ ਤੁਸੀਂ ਜਾ ਕੇ ਇਹ ਪ੍ਰਚਾਰ ਯੂਪੀ ਵੱਲ ਕਰੋ। ਉਸ ਨੇ ਯੂਪੀ ਵਿੱਚ ਜਾ ਕੇ ਆਪਣੇ ਸੇਵਕਾਂ ਨੂੰ ਕਿਹਾ, ਤੁਸੀਂ ਅੱਜ ਤੋਂ ਆਜ਼ਾਦ ਹੋ, ਜਿੱਧਰ ਮਰਜ਼ੀ ਆ ਜਾ ਸਕਦੇ ਹੋ।
ਫਿਰ ਸਾਰੇ ਸੈਨਿਕ ਕਹਿਣ ਲੱਗ ਗਏ ਕਿ ਤੁਸੀਂ ਸਾਡੇ ਮਾਲਕ ਹੋ, ਅਸੀਂ ਤੁਹਾਡੇ ਨਾਲ ਹੀ ਰਹਾਂਗੇ। ਫਿਰ ਭਗਵਾਨ ਸਾਰੇ ਸੇਵਕਾਂ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਵਿੱਚ ਪਹੁੰਚਦਾ ਹੈ ਅਤੇ ਸਾਰਿਆਂ ਨੂੰ ਸ਼੍ਰੀ ਗੁਰੂ ਹਰਿ ਸਾਹਿਬ ਜੀ ਪਰਮਾਤਮਾ ਦਾ ਪ੍ਰਚਾਰ, ਗੁਰਬਾਣੀ, ਵਿੱਦਿਆ ਸ਼ਸਤਰ ਸਭ ਕੁਝ ਸਿਖਾਉਂਦੇ ਹਨ ਅਤੇ ਬਾਅਦ 'ਚ ਉਹਨਾਂ ਨੂੰ ਪ੍ਰਚਾਰ ਕਰਨ ਲਈ ਭੇਜ ਦਿੰਦੇ ਹਨ। ਪ੍ਰਚਾਰ ਦਿਨੋ ਦਿਨ ਵੱਧਦਾ ਜਾ ਰਿਹਾ ਸੀ। ਇਸ ਗੱਲ ਦਾ ਵਿਰੋਧ ਕਰਦੇ ਹੋਏ ਪਹਾੜੀ ਰਾਜਿਆਂ ਨੇ ਬ੍ਰਾਹਮਣਾਂ ਨੂੰ ਚੁੱਕਿਆ ਅਤੇ ਇਸ ਗੱਲ ਦਾ ਵਿਰੋਧ ਕਰਨ ਲਈ ਕਿਹਾ। ਉਹਨਾਂ ਨੇ ਕਿਹਾ, ਇਹ ਗੁਰੂ ਸਾਰਿਆਂ ਨੂੰ ਇੱਕੋ ਪੰਗਤ 'ਚ ਬਿਠਾ ਕੇ ਲੰਗਰ ਛਕਾਉਂਦਾ ਹੈ, ਕੋਈ ਭੇਦਭਾਵ ਨਹੀਂ ਰੱਖਦਾ ਅਤੇ ਨਾ ਕੋਈ ਅਮੀਰੀ ਅਤੇ ਨਾ ਕੋਈ ਗਰੀਬੀ। ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਹਰਿ ਸਾਹਿਬ ਜੀ ਦੇ ਕੋਲ ਆਉਂਦੇ ਹਨ। ਉਹਨਾਂ ਨੇ ਰਾਏ ਬਣਾਈ ਕਿ ਗੁਰੂ ਜੀ ਨੂੰ ਕਹਾਂਗੇ ਕਿ ਸਾਨੂੰ ਟੈਕਸ ਦਿਆ ਕਰੋ। ਜਦੋਂ ਪਹਾੜੀ ਰਾਜੇ ਗੁਰੂ ਹਰਿ ਸਾਹਿਬ ਜੀ ਦੇ ਦਰਬਾਰ ਵਿੱਚ ਪਹੁੰਚੇ ਤਾਂ ਗੁਰੂ ਜੀ ਨੇ ਉਹਨਾਂ ਦੇ ਮਸਤਕ ਪੜ ਲਏ ਸੀ ਕਿ ਇਹਨਾਂ ਨੇ ਕਿਹੜੀ ਗੱਲ ਕਰਨੀ ਹੈ। ਗੁਰੂ ਜੀ ਨੇ ਪਹਾੜੀ ਰਾਜੇ ਨੂੰ ਆਖਿਆ, ਚਲੋ ਪਹਿਲਾਂ ਘੋਲ ਦੇਖਦੇ ਹਾਂ। ਅੱਜ ਬਹੁਤ ਵੱਡੇ ਵੱਡੇ ਮਾਲ ਆਏ ਹੋਏ ਹਨ ਜਿਨ੍ਹਾਂ ਨਾਲ ਕੋਈ ਵੀ ਘੋਲ ਨਹੀਂ ਸੀ ਕਰਨਾ ਚਾਹੁੰਦਾ। ਉਹਨਾਂ 'ਚ ਇੱਕ ਮਾਲ ਨੇ ਆਖਿਆ ਕਿ ਗੁਰੂ ਘਰ ਦਾ ਕੋਈ ਆ ਕੇ ਮੇਰੇ ਨਾਲ ਘੋਲ ਕਰੇ। ਫਿਰ ਇੱਕ ਸਿੰਘ ਨੇ ਗੁਰੂ ਜੀ ਦੇ ਪੈਰਾਂ 'ਤੇ ਹੱਥ ਲਾ ਕੇ ਅਤੇ ਮੱਥਾ ਟੇਕਿਆ ਅਤੇ ਮੈਦਾਨ 'ਚ ਕੁੱਦ ਪਿਆ। ਗੁਰੂ ਜੀ ਨੇ ਉਸ ਭਲਵਾਨ ਦੀ ਬਹੁਤ ਤਾਰੀਫ ਕੀਤੀ ਅਤੇ ਆਖਿਆ ਕਿ ਉਹ ਧੰਨ ਹੈ ਮਾਂ ਪਿਓ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਅਤੇ ਤੂੰ ਵੀ ਜੋ ਨਸ਼ੇ ਪੱਤਿਆਂ ਤੋਂ ਦੂਰ ਰਿਹਾ ਹੈ। ਗੁਰੂ ਜੀ ਨੇ ਉਸ ਭਲਵਾਨ ਨੂੰ ਆਖਿਆ, ਹਾਂ ਕੀ ਕਰ ਸਕਦਾ ਹੈ ਤੂੰ? ਉਸ ਨੇ ਕਿਹਾ, ਗੁਰੂ ਜੀ ਇੱਕ ਵਾਰੀ ਇਜਾਜ਼ਤ ਦਿਉ, ਇੱਥੇ ਖੜ੍ਹੇ ਜਿੰਨੇ ਵੀ ਸੈਨਿਕ ਅਤੇ ਰਾਜੇ ਖਲੋਤੇ ਹਨ ਸਾਰਿਆਂ ਨੂੰ ਵਿੱਚੋਂ ਦੀ ਪਾੜ ਦੇਵਾਂ, ਇੱਕ ਵਾਰ ਇਜਾਜ਼ਤ ਅਤੇ ਥਾਪੜਾ ਦਿਓ। ਜਦੋਂ ਘੋਲ ਖਤਮ ਹੋ ਗਿਆ ਤਾਂ ਗੁਰੂ ਜੀ ਨੇ ਰਾਜੇ ਨੂੰ ਆਖਿਆ, ਹਾਂਜੀ ਹੁਣ ਦੱਸੋ ਕਿੱਧਰ ਆਏ ਸੀ? ਅਤੇ ਉਹਨਾਂ ਰਾਜਿਆਂ ਦੀ ਟਿਊਨ ਹੀ ਬਦਲ ਗਈ, ਕਹਿੰਦੇ ਅਸੀਂ ਤਾਂ ਵੈਸੇ ਹੀ ਆਏ ਸੀ ਕਿ ਤੁਹਾਡੇ ਦਰਸ਼ਨ ਕਰ ਆਈਏ। ਜਦੋਂ ਰਾਜੇ ਚੱਲੇ ਤਾਂ ਗੁਰੂ ਜੀ ਨੇ ਪਿੱਛੋਂ ਦੀ ਆਖਿਆ, ਫਕੀਰਾਂ ਕੋਲ ਦਮੜੇ ਨਹੀਂ ਭਾਲੀਦੇ। ਇੱਕ ਵਾਰ ਗੁਰੂ ਜੀ ਦਾ ਬਹੁਤ ਵੱਡਾ ਦਰਬਾਰ ਲੱਗਿਆ ਸੀ, ਉਸ ਵਕਤ ਲੋਕ ਦੂਰ ਦੂਰ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਆਏ ਅਤੇ ਬਹੁਤ ਤਰੀਕੇ ਤਰੀਕਾਂ ਦੇ ਪਕਵਾਨ ਬਣਾ ਕੇ ਲਿਆਏ ਸੀ। ਉਹਨਾਂ ਵਿੱਚੋਂ ਇੱਕ ਬਜ਼ੁਰਗ ਮਾਈ ਜੋ ਕਿ ਬਹੁਤ ਹੀ ਗੁਰੂ ਜੀ ਦਾ ਸਤਿਕਾਰ ਅਤੇ ਦਿਲੋਂ ਪਿਆਰ ਕਰਦੀ ਸੀ, ਉਸ ਨੇ ਵੀ ਗੁਰੂ ਜੀ ਲਈ ਪ੍ਰਸ਼ਾਦੇ ਪਕਾ ਕੇ ਲਿਆਈ। ਪਰ ਉਹ ਮਾਈ ਬਹੁਤ ਗਰੀਬ ਸੀ। ਉਸ ਨੇ ਜਦੋਂ ਵੇਖਿਆ ਕਿ ਲਾਈਨ ਬਹੁਤ ਲੰਮੀ ਹੈ ਅਤੇ ਲੋਕਾਂ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਪਕਵਾਨ ਪਕਾ ਕੇ ਲਿਆਏ ਹਨ ਅਤੇ ਮੇਰੀ ਗਰੀਬੀ ਦਾ ਕਿੱਥੋਂ ਇੰਨਾ ਤੱਕ ਪਹੁੰਚਣਾ ਹੈ, ਤਾਂ ਉਹ ਥੱਕ ਹਾਰ ਕੇ ਸੰਗਤ ਵਿੱਚ ਹੀ ਬੈਠ ਗਈ। ਜਦੋਂ ਸੰਗਤ ਦੀ ਲਾਈਨ ਖਤਮ ਹੋ ਗਈ ਤਾਂ ਇੱਕ ਸਿੱਖ ਨੇ ਆ ਕੇ ਆਖਿਆ, ਗੁਰੂ ਜੀ ਪ੍ਰਸ਼ਾਦਾ ਪੱਕ ਗਿਆ ਹੈ, ਚਲੋ ਛੱਕ ਲਵੋ। ਤਾਂ ਗੁਰੂ ਜੀ ਨੇ ਆਖਿਆ, ਮੇਰਾ ਪ੍ਰਸ਼ਾਦਾ ਤਾਂ ਪਹਿਲਾਂ ਹੀ ਆ ਚੁੱਕਿਆ ਹੈ। ਫਿਰ ਗੁਰੂ ਜੀ ਉਸ ਮਾਈ ਕੋਲ ਗਏ ਅਤੇ ਆਖਿਆ, ਹਾਂ ਮਾਈ ਲਿਆ ਮੇਰਾ ਪ੍ਰਸ਼ਾਦਾ, ਬਹੁਤ ਭੁੱਖ ਲੱਗੀ ਹੈ। ਮਾਈ ਬਹੁਤ ਖੁਸ਼ ਹੋਈ। ਇੱਕ ਵਾਰ ਗੁਰੂ ਹਰਿ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਵੱਲ ਜਾ ਰਹੇ ਸੀ। ਗੁਰੂ ਜੀ ਦਾ ਡੋਲਾ ਅਤੇ ਹੋਰ ਸਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਨ ਉਸ ਵੇਲੇ ਦਿੱਲੀ ਵੱਲ ਜਾ ਰਿਹਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਡੋਲੇ ਦਾ ਸਮਾਨ ਅਤੇ ਗੁਰੂ ਹਰਿ ਸਾਹਿਬ ਜੀ ਜਾ ਰਹੇ ਸਨ ਤਾਂ ਉਸ ਦੇ ਮਨ ਵਿੱਚ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੇ। ਉਸ ਨੇ ਆਪਣੇ ਸੈਨਿਕਾਂ ਨੂੰ ਆਖਿਆ, ਗੁਰੂ ਜੀ ਦਾ ਸਾਰਾ ਸਮਾਨ ਲੁੱਟ ਲਵੋ। ਭਾਈ ਗੋਰਾ ਜੀ ਉਸੇ ਵਕਤ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਉਸ ਜਗ੍ਹਾ 'ਤੇ ਪਹੁੰਚ ਜਾਂਦੇ ਹਨ। ਉਸ ਦਿਨ ਬਹੁਤ ਤੇਗ ਚੱਲੀ, ਬੜੇ ਸਿੱਖ ਅਤੇ ਸੈਨਿਕ ਸ਼ਹੀਦ ਹੋਏ। ਗੋਰੇ ਨੇ ਕਈ ਸਾਥੀਆਂ ਨੂੰ ਬਚਾਇਆ। ਇਸ ਗੱਲ ਦਾ ਪਤਾ ਜਦੋਂ ਗੁਰੂ ਹਰਿ ਸਾਹਿਬ ਜੀ ਨੂੰ ਲੱਗਾ ਕਿ ਭਾਈ ਗੋਰੇ ਨੇ ਬਹੁਤ ਦਲੇਰੀ ਵਿਖਾ ਕੇ ਸਾਰਾ ਸਮਾਨ ਬਚਾਇਆ ਹੈ, ਤਾਂ ਗੁਰੂ ਹਰਿ ਸਾਹਿਬ ਜੀ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਅਤੇ ਉਸ ਦੇ ਕੀਤੇ ਹੋਏ ਸਾਰੇ ਗੁਨਾਹ ਮਾਫ਼ ਕਰ ਦਿੱਤੇ। 7 ਜੁਲਾਈ 1761 ਈਸਵੀ ਵਿੱਚ ਸ਼੍ਰੀ ਗੁਰੂ ਹਰਿ ਸਾਹਿਬ ਜੀ ਨੇ ਆਪਣੇ ਪੁੱਤਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੱਦੀ 'ਤੇ ਬਿਠਾ ਦਿੱਤਾ ਅਤੇ 5 ਪੈਸੇ ਦਾ ਮੱਥਾ ਟੇਕਿਆ, ਨਾਰੀਅਲ ਰੱਖ ਕੇ 5 ਵਾਰ ਪਰਿਕਰਮਾ ਕੀਤੀਆਂ। ਫਿਰ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਭਾਈ ਭਾਨਾ ਜੀ ਨੂੰ ਤਿਲਕ ਲਗਾਉਣ ਲਈ ਕਿਹਾ। ਇਸ ਤੋਂ ਬਾਅਦ 6 ਅਕਤੂਬਰ 1661 ਈਸਵੀ ਵਿੱਚ ਸ਼੍ਰੀ ਗੁਰੂ ਹਰਿ ਸਾਹਿਬ ਜੀ ਜੋਤੀ ਜੋਤ ਸਮਾ ਗਏ। ਇਹ ਸੀ ਸਾਡੀ ਵੀਡੀਓ। ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ, ਸ਼ੇਅਰ, ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਥੈਂਕ ਯੂ।